ਜਦੋਂ ਸੀ ਪਾਵੇਂ ਬਾਲੀਵੁੱਡ ਦੀ ਗੱਲ ਕਰਦੇ ਆ ਜਾਂ ਸੀ ਆਪਣੀ ਬਾਲੀਵੁੱਡ ਦੀ ਗੱਲ ਕਰਦੇ ਆ ਇੱਕ ਗੱਲ ਹੈ ਜਿਹੜੀ ਹਮੇਸ਼ਾ ਫੀਮੇਲ ਐਕਟ੍ਰੀਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਬੜਾ ਮਜ਼ਾਕ ਕੀਤਾ ਜਾਂਦਾ ਕਿ ਦੋਨੋਂ ਦੋ ਜਿਹੜੀਆਂ ਫੀਮੇਲ ਐਕਟ੍ਰੀਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਦੇ ਦੋਸਤ ਨਹੀਂ ਹੁੰਦੀ ਪਰ ਤੁਹਾਡੀਆਂ ਕੁਝ ਫਿਲਮਾਂ ਇਦਾਂ ਦੀਆਂ ਰਹੀਆਂ ਨੇ ਜਿਹਦੇ ਵਿੱਚ ਤੁਹਾਡੇ ਨਾਲ ਇੱਕ ਹੋਰ ਲੀਡ ਦੇ ਵਿੱਚ ਐਕਟ੍ਰੀਸ ਰਹੇ ਨੇ ਮੇਰਾ ਹਮੇਸ਼ਾ ਆਈ ਡੋਨਟ ਥਿੰਕ ਮੈਂ ਕਿਹੜੀ ਇੱਕ ਦੋ ਮੂਵੀਜ਼ ਕੀਤੀਆਂ ਹੋਣੀਆਂ ਜਿਹਦੇ ਵਿੱਚ ਮੈਂ ਸੋਲੋ ਐਕਟ੍ਰੀਸ ਸ ਪਰ ਆਈ ਥਿੰਕ ਮੈਂ ਹਮੇਸ਼ਾ ਹੀ ਮੇਰੇ ਨਾਲ ਕੋਈ ਹੋਰ ਐਕਟ੍ਰੀਸ ਰਹੀ ਹੈ ਬਟ ਦੂਜੇ ਤੋਂ ਬੜਾ ਜੈਲਸ ਹੁੰਦੀਆਂ ਨੇ ਤੁਸੀਂ ਕੰਮ ਕੀਤਾ ਕਿਦਾਂ ਦਾ ਮਾਹੌਲ ਰਹਿੰਦਾ ਸੀਗਾ ਹਮੇਸ਼ਾ ਇਹ ਪਤਾ ਨਹੀਂ ਕੌਣ ਕਹਿੰਦਾ ਲਾਈਕ ਆਈ ਥਿੰਕ ਇਹ ਮੁੰਡੇ ਹੀ ਕਹਿੰਦੇ ਹੋਣੇ ਆ ਓਕੇ ਸਾਨੂੰ ਲੜਾਉਣ ਲਈ ਆਬੀਸਲੀ ਆਬੀਸਲੀ ਬਟ ਨਹੀਂ ਸਾਰੇ ਨਾਲ ਬਹੁਤ ਵਧੀਆ ਨੇ ਜਿੱਦਾਂ ਸਾਡੇ ਲਈ ਅਸੀਂ ਸਾਰੇ ਨਾਲ ਨੀਰੂ ਬਾਜਵਾ ਨੂੰ ਅਸੀਂ ਲਾਈਕ ਫੋਰ us ਨੀਰੂ ਬਾਜਵਾ ਜੀ ਨੇ ਯੂ نو ਵੀ ਫੀਲ ਕਿ ਉਹ ਸਾਰ ਯੂ نو ਬਹੁਤ ਟਾਈਮ ਤੋਂ ਮੇਰੇ ਤੋਂ ਵੀ ਪਹਿਲਾਂ ਦੇ ਉਹਨਾਂ ਦੀ ਕਰੀਅਰ ਦੀ ਸ਼ੁਰੂਆਤ ਹੋਈ ਸੀ ਐਂਡ ਜਦੋਂ ਅਸੀਂ ਕੁੜੀਆਂ ਵਿੱਚ ਦੇਖਿਆ ਜਾਵੇ ਤਾਂ ਮੇਰੇ ਲਈ ਖੁਦ ਲਈ ਵੀ ਮੈਂ ਉਹਨਾਂ ਨੂੰ ਇਦਾਂ ਦੇਖਦੀ ਆ ਕਿ ਜਦੋਂ ਮੈਂ ਫੈਨ ਹੁੰਦੀ ਆ ਯੂ نو ਸੋ देयर ਐਂਡ ਹੁੰ ਬਹੁਤ ਵਧੀਆ ਵਧੀਆ ਐਕਟ੍ਰੀਸਿਸ ਯੂ نو ਦੇਵ ਕਮ ਇਨ ਟੂ ਦ ਲਾਈਮ ਲਾਈਟ ਜਿਵੇਂ ਸਿਮੀ ਬਾਤ ਬਹੁਤ ਹੀ ਵਧੀਆ ਐਕਟ੍ਰੈਸ ਹੈ ਮੇਰੀ ਬਹੁਤ ਬੰਦੀ ਉਹਦੇ ਨਾਲ ਆਵਾਮਿਕਾ ਗੱਭੀ ਸੋਨਮ ਬਾਜਵਾ ਇੱਥੇ ਸੋ ਮਨੀ ਐਂਡ ਅਸੀਂ ਅਸੀਂ ਬਹੁਤ ਪਿਆਰ ਨਾਲ ਮਿਲਦਾ ਆ ਇਹਨਾਂ ਹਾਲਾਂ ਕਿ ਜਿੱਦਾਂ ਮੇਰੀ ਹਰ ਇੱਕ ਨਾਲ ਡੂੰਗੀ ਦੋਸਤੀ ਨਹੀਂ ਹੈਗੀ ਬਟ ਲਾਈਕ ਗਾਵਮਿਕਾ ਨਾਲ ਹੈਗੀ ਆ ਸੋਨਮ ਨਾਲ ਵੈਰੀ ਲਾਈਕ ਹੈਲੋ ਹਾਈ ਬਟ ਫਿਰ ਵੀ ਮੈਨੂੰ ਇਦਾਂ ਹੁੰਦਾ ਕਿ ਜਦੋਂ ਸਰਗੁਨ ਨਾਲ ਵੀ ਜਦੋਂ ਵੀ ਪਿਆਰ ਨਾਲ ਮਿਲਦਾ ਆ ਅਸੀਂ ਪਿਆਰ ਨਾਲ ਅਸੀਂ ਗੱਲਾਂ ਕਰੀਦੀਆਂ ਜਦੋਂ ਮਿਲਦਾ ਐ ਏਟਲੀਸਟ ਇੱਕ ਕੰਸਰਨ ਰਹਿੰਦਾ ਇੱਕ ਦੂਜੇ ਨੂੰ ਯਾ ਦੈਟਸ ਇਟ ਦੈਟਸ ਇਟ ਐਂਡ ਆਮ ਸ਼ੋਰ ਕਿ ਸਾਰਿਆਂ ਨੂੰ ਪਤਾ ਕਿ ਜੇ ਕਿਸੇ ਨੂੰ ਕਿਸੇ ਦੀ ਸਪੋਰਟ ਚਾਹੀਦੀ ਹੋਵੇਗੀ ਅਸੀਂ ਇੱਕ ਦੂਜੇ ਲਈ ਖੜੀਆਂ ਆਂ ਸੋ ਇਹਦਾ ਨਾ ਕੁਝ ਨਹੀਂ ਹੈਗਾ ਕਿਉਂਕਿ ਪਤਾ ਜੇ ਆਈ ਥਿੰਕ ਸਾਰੇ ਜਿਹੜੀਆਂ ਕੁੜੀਆਂ ਵੀ ਆ ਨਾ ਆਪਣੀ ਇੰਡਸਟਰੀ ਵਿੱਚ ਥੇਅਰ ਆਮ ਗੁੱਡ ਫੈਮਿਲੀਜ਼ ਗੁੱਡ ਬੈਕਗ੍ਰਾਉਂਡਸ ਐਂਡ ਗੁੱਡ ਹਿਊਮਨ ਬੀਇੰਗਸ ਉਹਨਾਂ ਨੂੰ ਜਿਹਦਾ ਮੈਂ ਸੋਚਦੀ ਆ ਕਿ ਜਿੰਨਾ ਮੈਨੂੰ ਹੱਕ ਹੈ ਇੱਕ ਇਨਸਾਨ ਹੋਣ ਦੇ ਨਾਤੇ ਇੱਕ ਅਦਾਕਾਰ ਹੋਣ ਦੇ ਨਾਤੇ ਕਿ ਮੈਂ ਆਪਣੇ ਸੁਪਨੇ ਪੂਰੇ ਕਰਾਂ ਉਹਨਾਂ ਹੀ ਉਹਨਾਂ ਨੂੰ ਹੱਕ ਹੈ ਉਹਨਾਂ ਜਿਹਦਾ ਤੁਹਾਨੂੰ ਹੱਕ ਹੈ ਹਰ ਇੱਕ ਨੂੰ ਹੱਕ ਹੈ ਸੋ ਇਦਾਂ ਦੀ ਕੋਈ ਗੱਲ ਨਹੀਂ ਐਂ ਜੇ ਬੰਦਾ ਜੈਲਸ ਹੋਵੇ ਨਾ ਤਾਂ ਫਿਰ ਉਹ eventually ਉਹ ਆਪਣੇ ਤੇ ਹੀ ਆ ਜਾਂਦਾ ਆ ਕਰਮ ਆਪਣੇ ਤੇ ਹੀ ਆ ਜਾਂਦਾ ਹੈ ਇਦਾਂ ਕੁਝ ਨਹੀਂ ਹੁੰਦਾ ਕਿ ਉਹ jealous ਹੋ ਕੇ ਕਿਸੇ ਦਾ ਬਾੜਾ ਹੋ ਜਾਣਾ ਆਪਣਾ ਹੀ ਮਾੜਾ ਹੋਣਾ ਹੈ ਬਸ ਆਪਣਾ ਮਨ ਖਰਾਬ ਹੋਣਾ ਹੈ ਫਿਰ ਮਾੜਾ ਹੋਣਾ ਹੈ ਜੀ